ਸਾਰੇ ਮੁੰਡੇ ਮੁੰਡੀਆਂ ਨੇ ਸੌ ਹੀ ਖਾ ਲਿਆ। ਮਰਨਾ ਤੇ ਗਰਮੀ ਚ ਹੀ ਮਰਨਾ, ਇੱਕ ਰਾਜ ਭੋਗ ਨੀ ਪਵਾ ਕੇ ਆਏ, ਦੂਜੇ ਦਾ ਪਹਿਲਾਂ ਸੁਨੇਹਾ ਆ ਜਾਂਦਾ। ਉਹਨਾਂ ਦਾ ਮਸਲਾ ਕਿਆ ਵੀ ਸਾਰੇ ਦਿਨ ਪੈਂਦਾ। ਉਹ ਸੰਜੂ, ਉਹ ਸੰਜੂ ਓਏ। ਜੀ ਸਰ। ਕਿਆ ਜਾ ਕੇ ਬੋਤਲ ਤੇ ਗਲਾਸ ਲੈ ਗਿਆ, ਛਿੱਟ ਛਿੱਟ ਲਾਈਏ ਨਹੀਂ ਤੇ ਮੈਂ ਅੱਜ ਗਿਆ ਹੀ। ਜੀ ਬਹੁਤ ਗਰਮੀ ਸੀ ਯਾਰ। ਜੀ ਸਰ, ਸ਼ੁਕਰ ਹੈ ਆਪਦੇ ਘਰੇ ਆਏ। ਬਸ 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 ਮਿੰਟੂ ਦੀ ਮੰਮੀ ਦੇ ਜਾਣ ਤੋਂ ਬਾਅਦ ਅਸੇ ਦਾ ਹੀ ਸਾਰਾ ਰਹਿ ਗਿਆ। ਕਣਕ ਦੇ ਦਾਣੇ ਜਿਹੜੀ ਖਾ ਕੇ ਕਹਿੰਦਾ ਵਧੀਆ ਲੱਗ ਜਾਂਦਾ। ਆ ਰਾਤ ਨੂੰ ਦੋ ਘੁੱਟਾ ਲਾ ਕੇ ਨੀਂਦ ਸੁੱਖੀ ਆ ਜਾਂਦੀ। ਮੈਂ ਕਹਿੰਦਾ ਸੰਜੂ ਤੂੰ ਵੀ ਡਾ ਲਿਆ ਕਰ ਘੁੱਟ। ਨਹੀਂ ਸਰ, ਤੁਹਾਨੂੰ ਤਾਂ ਪਤਾ ਹੀ ਹੈ ਮੈਂ ਇਹਨਾਂ ਚੀਜ਼ਾਂ ਨੂੰ ਹੱਥ ਨਹੀਂ ਲਾਉਂਦਾ। ਹੁਣ ਕਿਵੇਂ ਸਰ? ਚੰਗਾ ਵੀ, ਤੇਰੀ ਮਰਜ਼ੀ। ਵੈਸੇ ਵੀ ਮੇਰੇ ਵਰਗੇ ਬੰਦੇ ਨਾਲ ਤੇਰੇ ਵਰਗਾ ਕਸੂਰੀ ਬੰਦਾ ਚਾਹੀਦਾ ਹੀ ਚਾਹੀਦਾ। ਤੂੰ ਪਤਾ ਕਦੋਂ ਕਿਹੜੀ ਪਰਲੋ ਆ ਜੇ। ਹਾਂ ਸੱਚ, ਪਰਲੋ ਤਾਂ ਯਾਦ ਆਇਆ, ਜਿਹੜਾ ਮੁੱਖ ਮੰਤਰੀ ਸਾਹਿਬ ਨੇ ਸਾਨੂੰ ਸਾਰੇ ਮੰਤਰੀਆਂ ਨੂੰ ਆ ਡੋਕਟਰ ਟੈਸਟ ਜਿਹਾ ਕਰਾਉਣ ਨੂੰ ਕਿਹਾ ਸੀ, ਜਿਹੜੇ ਸਿਵਲ ਹਸਪਤਾਲ ਜਾ ਕੇ ਉਹਦੇ ਪਿਸ਼ਾਬ ਦਾ ਸੈਂਪਲ ਪਾਇਆ ਸੀ ਨਾ। ਬਿਲਕੁਲ ਸਰ, ਮੈਂ ਤਾਂ ਸਵੇਰੇ ਜਲਦੀ ਉੱਠ ਕੇ ਆਪਦਾ ਤਾਜ਼ਾ ਪਿਸ਼ਾਬ ਬੋਤਲ 'ਚ ਪਾ ਕੇ ਉੱਪਰ ਜਨਾਬ ਦਾ ਨਾਮ ਲਿਖ ਕੇ ਸਰਦਾਰ ਸ਼ੇਰ ਸਿੰਘ ਪਸ਼ੂ ਪਾਲਣ ਮੰਤਰੀ। ਡਾਕਟਰ ਸਾਹਿਬ ਕਹਿੰਦੇ ਸੀ ਕਿ ਮੰਤਰੀ ਜੀ ਨੂੰ ਮੈਂ ਰਿਪੋਰਟ ਬਾਰੇ ਆਪ ਦੱਸ ਦਿਆਂਗਾ। ਸਰ ਚੰਗਾ ਕੀਤਾ, ਉਹ ਤਾਂ ਮਿੱਟੀ ਝੜ ਗਈ। ਵੈਸੇ ਵੀ ਇਸ ਦੇਸ਼ 'ਚ ਜਿਹੜਾ ਬੰਦਾ ਕਾਗਜ਼ਾਂ ਦਾ ਢਿੱਡ ਭਰਨਾ ਜਾਣਦਾ ਉਹੀ ਕਾਮਯਾਬ। ਕਦੇ ਪੀਣੇ ਹੀ ਨਾ, ਕੀ ਪਤਾ ਕੱਲ੍ਹ ਦਿਹਾੜੇ ਕਿਹੜੀ ਮੁਹਿੰਮ ਚੱਲ ਪਏ। ਸਰ ਮੇਰਾ ਬੇੜਾ ਤਾਂ ਤੂੰ ਹੀ ਬੰਨੇ ਲਾਉਣਾ। ਕਿਉਂ ਨੀ ਜਨਾਬ, ਗੋਲੀ ਕੀਤੀ ਤੇ ਗਹਿਣੇ ਕੀਤੇ, ਜਿਵੇਂ ਹੁਕਮ ਜਨਾਬ ਦਾ। ਵੈਸੇ ਸੱਚੋ ਸੱਚ ਦੱਸ ਸੰਜੂ, ਤੂੰ ਕਦੇ ਨੀ ਪੀਤੀ? ਨਹੀਂ ਸਰ, ਘਰ 'ਚ ਪਹਿਲਾਂ ਬਹੁਤ ਗਰੀਬੀ ਸੀ, ਇਹੋ ਜਿਹੀਆਂ ਚੀਜ਼ਾਂ ਦੀ ਕਦੇ ਸ਼ਕਲ ਨਹੀਂ ਵੇਖੀ। ਹੁਣ ਜਦੋਂ ਦੇ ਤੁਹਾਡੇ ਨਾਲ ਜੁੜੇ ਆ, ਜ਼ਿੰਮੇਵਾਰੀਆਂ ਇੰਨੀਆਂ ਵੱਧ ਗਈਆਂ ਜੀ ਕਿ ਨਾ ਗੰਦ ਪਹਿਲਾਂ ਲਓ, ਮਤਲਬ ਇਹੋ ਜਿਹੀਆਂ ਚੀਜ਼ਾਂ ਵੱਲ ਧਿਆਨ ਹੀ ਨਹੀਂ ਜਾਂਦਾ। ਤੁਹਾਡੀ ਇੱਜ਼ਤ ਦਾ ਵੀ ਖਿਆਲ ਹੈ ਜੀ। ਵੈਰੀ ਗੁੱਡ ਸੰਜੂ, ਇੱਦਾਂ ਕਰਦਾ ਤੇਰੀ ਜ਼ਿੰਦਗੀ ਤੇ ਫਿਲਮ ਬਣਾ। ਸੰਜੂ ਗਰੀਬਾਂ ਦਾ ਸੰਜੂ, ਲੋਕਾਂ ਨੂੰ ਵੀ ਪਤਾ ਲੱਗੇ ਕਿਵੇਂ ਗਰੀਬਾਂ ਦੇ ਸੰਜੂ ਨੇ ਆਪਣੀ ਮਿਹਨਤ ਤੇ ਚੰਗੀਆਂ ਆਦਤਾਂ ਨਾਲ ਇੰਨੀ ਤਰੱਕੀ ਕੀਤੀ ਹੈ ਕਿ ਅੱਜ ਮੇਰਾ PA ਬਣ ਗਿਆ। ਹੁਣ ਤਾਂ ਪਰਮਾਤਮਾ ਤੇਰੇ ਪਰਿਵਾਰ 'ਚ ਤਰੱਕੀ ਕਰੇ। ਇੰਨੇ ਸਾਲੋਂ ਵਿਹੜੇ ਤੇ ਨੂੰ ਗਏ ਨਹੀਂ, ਅਜੇ ਵੀ ਵਿਹੜਾ ਬੱਚੇ ਦੀਆਂ ਕਲਕਾਰੀਆਂ ਤੋਂ ਸੱਖਣਾ। ਚੱਲ ਛੱਡ, ਕੋਈ ਨਹੀਂ, ਪਰਮਾਤਮਾ ਕਰੂੰਗਾ ਮੇਰ, ਜੇ ਮੈਂ ਮਨ ਨਾ ਭੈੜਾ ਕਰ। ਇਹਨਾਂ ਚੀਜ਼ਾਂ ਦੇ ਆਸਰੇ ਉੱਡੇ ਫਿਰਦੇ ਆ। ਇਹ ਤਾਂ ਹੁਣ ਮੈਂ ਵੀ ਕਦੋਂ ਦਾ ਮਿੰਟੂ ਦੀ ਮੰਮੀ ਕੋਲ ਆਪਣਿਆ ਹੋਣਾ ਸੀ। ਹੈਲੋ, ਜੈ ਹਿੰਦ ਸਰ ਜੀ। ਜੈ ਹਿੰਦ ਸਰ, ਕੀ ਹਾਲ ਨੇ? ਪੁੱਛੋ ਨਾ ਜੀ ਹਾਲ। ਜਦੋਂ ਦੀ ਆ ਡੋਪ ਟੈਸਟ ਮੁਹਿੰਮ ਜੀ ਚੱਲੀ ਹੈ ਨਾ, ਥੱਕ ਹੀ ਇੰਨੇ ਚਾਹੀਦਾ, ਰੋਜ਼ ਰਾਤ ਨੂੰ ਪੌਣੀ ਬੋਤਲ ਪੀਣੀ ਪੈਂਦੀ ਹੈ ਤਾਂ ਜਾ ਕੇ ਚਿੱਤ ਟਿਕਾਣੇ ਆਉਂਦਾ। ਚਲੋ ਛੱਡੋ, ਸਾਡਾ ਤਾਂ ਅਗਲੇ ਕੁਝ ਮਹੀਨੇ ਇਹੀ ਰੰਡੀ ਰੋਣਾ ਰਹਿਣਾ। ਹਾਂ ਸੱਚ, ਤੁਹਾਡੀਆਂ ਡੋਪ ਟੈਸਟ ਦੀਆਂ ਰਿਪੋਰਟਾਂ ਤਿਆਰ ਹੋ ਗਈਆਂ,
अच्छा की है? मुबारक हुन तुहाडे शरीर अंदर किसी किस्म दे नशे दा कोई अंश नहीं पाया गया। ओ बल्ले वाह। पर हाँ एक गल जरूर चिंता वाली है। ਜੇ ਹੋ ਸਕੇ ਤਾਂ ਪਾਰੇ ਦਿਓ। ਠੀਕ ਹੈ ਡਾਕਟਰ ਸਾਹਿਬ, ਥੈਂਕ ਯੂ। ਥੈਂਕ ਯੂ, ਥੈਂਕ ਯੂ ਵੈਰੀ ਮੱਚ। ਕੀ ਹੋਇਆ ਸਰ, ਸੁੱਖ ਤਾਂ ਹੈ? ਸੱਚੋ ਸੱਚ ਦੱਸ ਦਿਓ, ਹਸਪਤਾਲ ਚ ਸੈਂਪਲ ਕਿਹਦਾ ਫੜਾ ਕੇ ਆਇਆ ਸੀ? ਉਹ ਗੱਲ ਸੁਣ ਲਾ, ਆ ਮੈਂ ਮੰਤਰੀ ਦਾ 5 ਸਾਲਾਂ ਦਾ ਬਣਿਆ, ਪਹਿਲਾਂ ਤਾਂ ਮੈਂ ਤੇਰੇ ਵਰਗਾ ਤੇ ਛੋਟੇ ਹੀ ਲਾਉਂਦਾ ਰਿਹਾ, ਇਸੇ ਕਰਕੇ ਮੈਨੂੰ ਸ਼ੇਰਾ ਛੋਟੇ ਵਾਲਾ ਦੇ ਨਾਂ ਨਾਲ ਜਾਣਦੇ ਆ। ਡਾਕਟਰ ਤੂੰ ਐ ਨਹੀਂ ਮੰਨਦਾ, ਫੜ ਜਾ। ਤੈਨੂੰ ਮੈਂ ਆਖਰੀ ਵਾਰੀ ਪੁੱਛਦਾ, ਦੱਸ ਦਿਓ ਸੈਂਪਲ ਕਿਹਦਾ ਸੀ? ਉਹਦਾ ਹੀ। ਮੈਂ ਤੁਹਾਨੂੰ ਝੂਠ ਮਾਰਦਾ ਜੀ ਕਿ ਮੈਂ ਨਸ਼ਾ ਨਹੀਂ ਕਰਦਾ ਜੀ, ਸੱਚ ਤਾਂ ਹੈ ਜੀ ਸਾਰਾ ਦਿਨ ਤੁਹਾਡੇ ਨਾਲ ਭਗਾਈ ਕਰਕੇ ਘਰੇ ਜਾ ਕੇ ਇਹਦੀਆਂ ਲਾਏ ਬਿਨਾਂ ਨੀਂਦ ਨਹੀਂ ਆਉਂਦੀ, ਤੇਰੀਆਂ ਤੁਹਾਡੀ ਫੀਸ ਮੁੱਕਦੀ ਹੈ ਜੀ, ਉਹਦਾ ਵੀ ਗੁਨਾਹਗਾਰ ਮੈਂ ਹੀ ਹੈ ਜੀ। ਤੇਰਾ ਬੇੜਾ ਗਰਕ ਹੋ ਜਾਵੇ। ਮੈਂ ਡਰ ਗਿਆ ਸੀ ਜੀ, ਕੁਛ ਨੀ ਪਰ ਹੋਣ ਵਾਲਾ, ਤੂੰ ਮੇਰੀ ਥਾਂ ਤੇ ਆਪਦੀ ਘਰ ਵਾਲੀ ਦਾ ਸੈਂਪਲ ਭੇਜਿਆ ਨਾ ਡੋਪ ਟੈਸਟ ਲਈ, ਡਾਕਟਰ ਨੇ ਫੋਨ ਕਰਕੇ ਉਹੀ ਰਿਪੋਰਟ ਦਿੱਤੀ ਆ। ਮੈਨੂੰ ਕਹਿੰਦਾ ਅਖੇ ਮੁਬਾਰਕਾਂ ਹੁਣ, ਕਹਿੰਦੇ ਵੀ ਤੇਰੇ ਸਰੀਰ ਚ ਨਸ਼ਾ ਤਾਂ ਕੋਈ ਨੀ ਪਰ ਤੂੰ ਮਾਂ ਬਣਨ ਵਾਲਾ ਹੈ। ਹੈਂ? ਹਾਂ। ਹੁਣ ਵੇਣਾ ਕੀ ਹੈ, ਜਾ ਕੇ ਆਪਣਾ ਗਲਾਸ ਲੈ ਕੇ ਆ। ਤੇਰੇ ਡੈਡੀ ਬਣਨ ਦੀ ਤੇ ਮੇਰੇ ਮਾਂ ਬਣਨ ਦੀ ਖੁਸ਼ੀ ਚ ਆਪਾਂ ਪੈਗ ਲਾਈਏ। ਹੁਣੇ ਲੈ ਆਈ।